ਜਸਟਿਸ ਮਹਿੰਦਰ ਸਿੰਘ ਜੋਸ਼ੀ ਦੀ ਕਹਾਣੀ ਪਿਆਰ ਅਮਰ ਹੈ ਜਿਵੇਂ ਹੀਰਿਆਂ ਹੀਰਿਆਂ ਚੰਤਰ ਹੁੰਦਾ ਹੈ ਕਈ ਨੁਕਸਦਾਰ ਹੁੰਦੇ ਹੈ ਹਲਕੇ ਘਟਿਆ ਤੇ ਕਈ 100% ਦੀ ਬੇਅਬ ਲੱਖੇ ਕਰੋੜੀ ਵੇਖਣ ਵਾਲੇ ਉਹ ਹੀ ਹਾਲ ਪਿਆਰ ਦਾ ਹੈ ਪਿਆਰ ਸੱਚਾ ਸੋਚਾ ਹੋਵੇ ਬੇਗਰਜ਼ ਸਿਰ ਹਥੇਲੀ ਤੇ ਧਰ ਕੇ ਕੀਤਾ ਹੋਇਆ ਹੋਵੇ ਤਾਂ ਕਦੇ ਵੀ ਨਹੀਂ ਮਰਦਾ ਯੁੱਗਾਂ ਯੁਗਤ ਉਹਦੇ ਸੋਲੇ ਗਏ ਜਾਂਦੇ ਆ ਪਰ ਜੇ ਪਲੈਟੀਨਮ 'ਚ ਜੜੇ ਕੱਚ ਵਾਂਗੂ ਖੋਛਾ ਹੋਵੇ ਨਿਰੀ ਹਾਊਸ ਤਾਂ ਉਹਨੂੰ ਪਿਆਰ ਕਹਿਣਾ ਪਿਆਰ ਦੇ ਮੂੰਹ ਤੇ ਥੁੱਕਣਾ ਹੁੰਦਾ ਹੈ ਇਹੋ ਜਿਹਾ ਪਾਣੀ ਦੇ ਬੁਲਬਲੇ ਨੂੰ ਉਮਰ ਕਿੱਥੋਂ ਜੁੜਨੀ ਹੋਈ ਇੱਕ ਚੰਗੇ ਅਫਸਰ ਤੇ ਵਿਸਵੇਦਾਰ ਦਾ ਪੁੱਤਰ ਹਾਈ ਸਕੂਲ 'ਚ ਪੜਦਾ ਸੀ ਤੇ ਐਵੇਂ ਉਹਦੀਆਂ ਭੈਣਾਂ ਦੀ ਇੱਕ ਸਹੇਲੀ ਉਮਰਾਂ ਉਹਨਾਂ ਦੀਆਂ ਕੱਚੀਆਂ ਸਨ ਪਰ ਉਹ ਪਿਆਰ ਪਕਾ ਬੈਠੇ ਮਿਲਣਾ ਜੁਲਣਾ ਸਾਡਾ ਸਮਾਜ ਜਿਹੋ ਜਿਹਾ ਹੈ ਉਹਨੂੰ ਵੇਖਦੇ ਹਾਂ ਬਹੁਤ ਅਕਸਰ ਨਹੀਂ ਸੀ ਹੁੰਦਾ ਪਰ ਉਹ ਆਪਣੇ ਮਨਾਂ ਦੀ ਪੜ੍ਹਾਸ ਚਿੱਠੀਆਂ ਲਿਖ ਲਿਖਾ ਕੇ ਖੂਬ ਗੱਡ ਲੈਂਦੇ ਕਹਿੰਦੇ ਹਨੇਸ਼ ਕਿਤੇ ਮੁਸ਼ਕ ਛਿਪਾਏ ਨਹੀਂ ਛੁਪਦੇ ਉਹਨਾਂ ਦੇ ਇਸਬੰਧ ਦੀ ਸੂਫ ਹਡੀਆਂ ਗਈਆਂ ਚਿੱਠੀਆਂ ਰਹੀ ਮੁੰਡੇ ਦੇ ਬਾਪ ਨੂੰ ਲੱਗ ਗਈ ਕੁੜੀ ਮੁੰਡੇ ਦੇ ਮੁਕਾਬਲੇ ਬਹੁਤ ਸੋਹਣੀ ਸੀ ਤੇ ਜ਼ਹੀਨ ਵੀ ਪਰ ਨੀਵੀਂ ਜਾਤ ਦੀ ਇੱਕ ਗਰੀਬ ਬਾਪ ਦੀ ਸੀਰਦਾਰ ਉਹਨਾਂ ਨੇ ਸੋਚਿਆ ਕਿ ਪਿਆਰ ਖੇਡ ਮੇਰੇ ਇੱਕੋ ਇੱਕ ਵਾਰਸ ਨੂੰ ਧਖਣ ਦੀ ਸੋ ਕੁੜੀ ਦੇ ਬਾਪ ਕੋਲ ਗਏ ਤੇ ਉਹਦੀ ਚੰਗੀ ਭੁਗਤ ਸਵਾਰਨ ਬਾਦ ਹੁਕਮ ਦਿੱਤਾ ਕਿ ਅੱਜ ਤੋਂ ਪਿਛੋਂ ਜੇ ਤੇਰੀ ਲੜਕੀ ਨੇ ਮੇਰੇ ਪੁੱਤਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾਂ ਉਹਨੂੰ ਕੋਈ ਅੱਖਰ ਲਿਖ ਕੇ ਭੇਜਿਆ ਤਾਂ ਤੇਰੀ ਖੈਰ ਨਹੀਂ ਕੁੜੀ ਦੇ ਪਿਓ ਵਿਚਾਰੇ ਨੂੰ ਬੱਚਿਆਂ ਦੇ ਪਿਆਰ ਦੀ ਉੱਕਾ ਖਬਰ ਨਹੀਂ ਸੀ ਉਹਦਾ ਕਿਸੇ ਲੋਭ ਦੇ ਮਾਰੇ ਉਹਨਾਂ ਦੇ ਮੇਲ ਜੋਲ ਨੂੰ ਉਤਸ਼ਾਹ ਦੇਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਉਦਾਸ ਉਹ ਇਸ ਹੱਦ ਤੱਕ ਗੈਰਤਮੰਦ ਸੀ ਕਿ ਉਹਨੇ ਸਰਦਾਰ ਦੀ ਡਾਂਟ ਖਾਣ ਤੋਂ ਬਾਅਦ ਆਪਣੀ ਲੜਕੀ ਪੜਨੋਂ ਵੀ ਹਟਾ ਲਈ ਇਹ ਹੋਇਆ ਉਹਦੇ ਨਾਲ ਬੜਾ ਜ਼ੁਲਮ ਕਿਉਂਕਿ ਲੜਕੀ ਬੜੀ ਸੂਝਵਾਨ ਸੀ ਉਹਨੂੰ ਪੜਨ ਦਾ ਅਵਸਰ ਮਿਲਦਾ ਤਾਂ ਜ਼ਰੂਰ ਕੁਝ ਨਾ ਕੁਝ ਬਣ ਕੇ ਵਖਾਉਂਦੀ ਕੁੜੀ ਸਕੂਲ ਜਾਣੋਂ ਤਾਂ ਉਹਦੇ ਪਿਤਾ ਨੇ ਰੋਕ ਲਈ ਪਰ ਉਹਦੇ ਪਿਆਰ ਨੂੰ ਕਿਸੇ ਤਰ੍ਹਾਂ ਜ਼ਵਾਲ ਨਾ ਆਇਆ ਉਹ ਉਹਨੂੰ ਮੁੰਡਾ ਚਿੱਠੀਆਂ ਲਿਖਦਾ ਰਿਹਾ ਤੇ ਉਹ ਮੁੰਡੇ ਨੂੰ ਤੇ ਉਹ ਸਭ ਰੁਕਾਵਟਾਂ ਦੇ ਬਾਵਜੂਦ ਇੱਕ ਦੂਜੇ ਦੇ ਨਜ਼ਦੀਕ ਆਉਂਦੇ ਰਹੇ ਇਕ ਵਾਰ ਕੁੜੀ ਦੀ ਆਪਣੇ ਪ੍ਰੇਮੀ ਨੂੰ ਮਿਲਣ ਦੀ ਚਾਹ ਬੇਕਾਬੂ ਹੋ ਗਈ। ਉਹਨੇ ਉਹਨੂੰ ਲਿਖਤੀ ਸੁਨੇਹਾ ਭੱਲ ਕੇ ਆਪਣੇ ਘਰ ਬੁਲਾ ਭੇਜਿਆ। ਉਹਦਾ ਵਿਸ਼ਵਾਸ ਸੀ ਕਿ ਉਸ ਵਕਤ ਮੇਰਾ ਪਿਤਾ ਦੁਕਾਨ ਤੇ ਹੋਵੇਗਾ। ਸੋ ਮੁਲਾਕਾਤ ਦੇ ਰਾਜ ਕੋਈ ਔਕੜ ਖੜੀ ਨਹੀਂ ਹੋਏਗੀ। ਮੁੰਡੇ ਨੇ ਤਾਂ ਵੀ ਉਸ ਵਰਜਿਤ ਖੇਤਰ 'ਚ ਪੈਰ ਪਾਉਣਾ ਖਤਰੇ ਤੋਂ ਖਾਲੀ ਨਾ ਸਮਝਿਆ। ਇਸ ਲਈ ਆਪਣੇ ਪਿਤਾ ਦੀ 12 ਬੋਰ ਦੀ ਬੰਦੂਕ, ਕਰਤੂਸਾਂ ਦੇ ਝੋਲੇ ਸਮੇਤ ਨਾਲ ਲੈ ਲਈ। ਅੱਗੇ ਸੱਚਮੁੱਚ ਉਹ ਗੱਲ ਹੋਈ। ਜਿਸ ਤੋਂ ਡਰਦਾ ਸੀ ਦੁਕਾਨ ਤੇ ਰੋਟੀ ਮੰਗਵਾਣ ਦੀ ਬਜਾਏ ਲੜਕੀ ਦਾ ਬਾਪ ਆਪ ਘਰ ਖਾਣਾ ਖਾਣ ਆ ਗਿਆ ਤੇ ਜਦ ਮੁੰਡਾ ਉਹਦੇ ਸਾਹਮਣੇ ਹੋਇਆ ਤਾਂ ਉਹਦਾ ਖੂਨ ਖੌਲਣ ਲੱਗਾ ਉਹਨਾਂ ਦੋਹਾਂ ਵਿੱਚਕਾਰ ਤਕੜੀ ਹੱਥੋਂ ਪਾਈ ਹੋਈ ਤੇ ਉਹਨੇ ਉਹਦੇ ਦੌਰਾਨ ਉਹ ਦੋਵੇਂ ਪੌੜੀਆਂ 'ਚੋਂ ਲੁੜਕ ਦੇ ਉੱਪਰਲੀ ਮੰਜ਼ਿਲ ਤੋਂ ਜ਼ਮੀਨ ਤੇ ਆ ਡਿੱਗੇ ਉਸ ਸਮੇਂ ਲੜਕੀ ਦਾ ਭਰਾ ਵੀ ਮੌਕੇ ਤੇ ਪਹੁੰਚ ਗਿਆ ਤਾਂ ਉਹਨੇ ਆਪਣੇ ਪਿਤਾ ਨਾਲ ਮਿਲ ਕੇ ਮੁੰਡੇ ਦੇ ਤਕੜਾ ਕੁਟਾਪਾ ਚਾੜਿਆ ਇੱਥੋਂ ਤੱਕ ਕਿ ਬੇਹੋਸ਼ ਹੋ ਗਿਆ ਪੁਲਿਸ ਕੋਲ ਇਤਲਾ ਪਹੁੰਚੀ ਤਾਂ ਉਹਨਾਂ ਨੇ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਉਹਦਾ ਕੁੜੀ ਦੇ ਪਿਤਾ ਦੇ ਘਰ ਚ ਦਾਖਲ ਹੋਣਾ ਗੈਰਕਾਨੂੰਨੀ ਸੀ ਮੁੰਡੇ ਦੇ ਕਬਜ਼ੇ 'ਚ ਉਹ ਬੰਦੂਕ ਤੇ ਕਾਰਤੂਸਾਂ ਤੋਂ ਬਿਨਾ ਬਹੁਤ ਸਾਰੀਆਂ ਚਿੱਠੀਆਂ ਵੀ ਮਿਲੀਆਂ ਇੱਕ ਰੇਸ਼ਮੀ ਥੈਲੀ 'ਚ ਸੰਭੀਆਂ ਹੋਈਆਂ ਜਿਹੜੀਆਂ ਕੁੜੀ ਨੇ ਉਹਨੂੰ ਪਿਛਲੇ ਕੁਝ ਮਹੀਨਿਆਂ 'ਚ ਲਿਖੀਆਂ ਸਨ ਮਾਮਲਾ ਕੋਈ ਵੱਲ ਪੇਚ ਵਾਲਾ ਨਹੀਂ ਸੀ ਪੁਲਿਸ ਨੇ ਬਹੁਤੇ ਲੰਮ ਚੁੜਾਅ ਤੋਂ ਬਿਨਾ ਮੁੰਡੇ ਦਾ ਚਲਾਨ ਪੇਸ਼ ਕਰ ਦਿੱਤਾ ਲੜਕੇ ਦਾ ਬਾਪ ਤਨਾੜ ਆਦਮੀ ਸੀ। ਉਹਨੇ ਜ਼ਿਲ੍ਹੇ ਦੇ ਸਭ ਤੋਂ ਲਾਇਕ ਵਕੀਲ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਤੇ ਵਕੀਲ ਨੇ ਅਦਾਲਤ ਅੱਗੇ ਉਜਰ ਕੀਤਾ ਕਿ ਚਿੱਠੀਆਂ 'ਚ ਲੜਕੀ ਦੋਸ਼ੀ ਨੂੰ ਮੇਰੇ ਨਾਥ ਮੇਰੇ ਸਵਾਮੀ ਆਦ ਵਿਸ਼ਲੇਸ਼ਣਾ ਨਾਲ ਸੰਬੋਧਨ ਕਰਦੀ ਰਹੀ ਹੈ। ਜਿਸ ਤੋਂ ਸਿੱਧ ਹੈ ਕਿ ਉਹਨਾਂ ਦੀ ਸ਼ਾਦੀ ਹੋਈ ਸੀ ਤੇ ਜੇ ਲੜਕਾ ਆਪਣੇ ਸਹੁਰੇ ਘਰ ਜਾਵੇ ਤੇ ਉਹ ਵੀ ਆਪਣੀ ਵੋਟੀ ਦੇ ਲਿਖਤੀ ਬੁਲਾਵੇ ਉੱਤੇ ਤੇ ਉਹ ਕੋਈ ਵੀ ਅਪਰਾਧ ਨਹੀਂ ਕਰੇ। ਢੇਰ ਸਾਰੀਆਂ ਉਹ ਚਿੱਠੀਆਂ ਸਨ ਜਿਹੜੀਆਂ ਗ੍ਰਿਫਤਾਰੀ ਵੇਲੇ ਮੁੰਡੇ ਤੋਂ ਬਰਾਮਦ ਹੋਈਆਂ ਤੇ ਕਿੰਨੀਆਂ ਹੋਰ ਉਹਨੇ ਆਪਣੇ ਕੋਲੋਂ ਪੇਸ਼ ਕਰ ਦਿੱਤੀਆਂ ਜਿਹੜੀਆਂ ਉਹਨੂੰ ਕੁੜੀ ਨੇ ਉਹਨਾਂ ਦੀ ਪ੍ਰੇਮ ਲੀਲਾ ਦੌਰਾਨ ਲਿਖੀਆਂ ਸਨ ਉਹਨਾਂ ਚਿੱਠੀਆਂ 'ਚੋਂ ਪਿਆਰ ਦਾ ਆਤਮ ਸਮਰਪਣ ਫੁੱਟ ਫੁੱਟ ਪੈਂਦਾ ਸੀ ਤੇ ਉਹ ਜਿਹੀ ਖੂਬਸੂਰਤ ਸ਼ੈਲੀ 'ਚ ਲਿਖੀਆਂ ਗਈਆਂ ਸਨ ਕਿ ਉਹਨਾਂ ਦੇ ਉੱਤਮ ਸਾਹਿਤ ਹੋਣ ਬਾਰੇ ਰੱਤੀ ਭਰ ਸ਼ੁਭਾ ਨਹੀਂ ਸੀ ਕੁੜੀ ਵਾਕਈ ਮੁੰਡੇ ਨੂੰ ਨਾਤ ਸੁਆਮੀ ਮੇਰੇ ਸਭ ਕੁਝ ਤੇ ਪਤਾ ਨਹੀਂ ਹੋਰ ਕੀ ਕੀ ਕਹਿ ਕੇ ਸੰਬੋਧਿਤ ਹੁੰਦੀ ਰਹੀ ਸੀ ਪਰ ਇਹ ਹਕੀਕਤ ਸੀ ਕਿ ਉਹਨਾਂ ਦੀ ਸ਼ਾਦੀ ਕਦੇ ਨਹੀਂ ਸੀ ਹੋਈ ਮੁੰਡੇ ਦਾ ਵਕੀਲ ਇਹ ਉਹਨੂੰ ਕਾਨੂੰਨ ਦੇ ਸਿਕੰਜੇ ਤੋਂ ਕੱਢਣ ਲਈ ਉਹਨਾਂ ਸ਼ਬਦਾਂ ਦੀ ਦੁਰਵਰਤੋਂ ਕਰ ਰਿਹਾ ਸੀ ਜਦੋਂ ਨੇ ਇੱਕ ਦਿਨ ਕਾਫੀ ਜਜ਼ਬਾਤੀ ਹੋ ਕੇ ਕਿਹਾ ਕਿ ਮਲਜ਼ਮ ਬੜੇ ਉੱਚੇ ਘਰਾਣੇ ਦਾ ਇਕਲੌਤਾ ਪੁੱਤਰ ਹੈ ਇੱਕ ਦਿਨ ਦੀ ਕੈਦ ਨਾਲ ਵੀ ਉਹਦਾ ਭਵਿੱਖ ਤਬਾਹ ਹੋ ਜਾਏਗਾ ਇਹਦੇ ਤੇ ਰਹਿਮ ਕਰੋ ਤੇ ਮੈਂ ਕਿਹਾ ਤੁਸੀਂ ਕੁੜੀ ਦੇ ਭਵਿੱਖ ਵੱਲ ਵੀ ਨਜ਼ਰ ਮਾਰੋ ਜਿਹੜੀ ਆਪਣੀਆਂ ਦਰਜਨਾ ਚਿੱਠੀਆਂ ਪੰਜਾਬੀ ਉਰਦੂ ਹਿੰਦੀ ਦੇ ਅਖਬਾਰਾਂ 'ਚ ਨਿਬਿੰਨ ਛਪੜ ਨਾਲ ਜਹਾਨ ਭਰ 'ਚ ਨਸ਼ਰ ਹੋ ਗਈ ਐ ਜੇ ਇਹ ਮੁੰਡਾ ਝੂਠਮੋਠ ਦਾ ਪਤੀ ਬਣ ਕੇ ਪੱਲਾ ਛੁਡਵਾ ਗਿਆ ਤਾਂ ਉਸ ਗਰੀਬ ਨੂੰ ਕੌਣ ਵਿਆਊ ਅੱਗੋਂ ਜਵਾਬ ਆਇਆ ਸਰਦਾਰ ਸਾਹਿਬ ਦੇ ਘਰ ਆਪਣੀਆਂ ਵੀ ਕੁਵਾਰੀਆਂ ਧੀਆਂ ਬੈਠੀਆਂ ਹਨ ਇਹ ਨੀਚ ਕੁੱਲ ਦੀ ਕੁੜੀ ਨੂੰ ਬਣ ਕੇ ਇਹਨਾਂ ਦੇ ਘਰ ਆ ਗਈ ਤਾਂ ਉਹ ਕੁੜੀਆਂ ਆਣ ਵਿਆਈਆਂ ਹੀ ਰਹਿ ਜਾਣਗੀਆਂ ਪ੍ਰਤੱਖ ਤੌਰ ਤੇ ਦੋਸ਼ੀ ਦੇ ਪੱਖ ਦੀ ਨiyet ਸਾਫ ਨਹੀਂ ਸੀ ਉਹ ਕੁੜੀ ਕਾਨੂੰਨ ਤੇ ਅਦਾਲਤ ਤਿੰਨਾਂ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਇਸ ਮੁਕਦਮੇ ਵਿੱਚ ਸਭ ਤੋਂ ਮਹੱਤਵਪੂਰਨ ਗਵਾਹ ਕੁੜੀ ਆਪ ਸੀ ਪੁਲਿਸ ਨੂੰ ਡਰ ਸੀ ਕਿ ਜੇ ਉਹ ਵਿਗੜ ਗਈ ਤਾਂ ਇਸ ਤਗਾਸੀ ਦਾ ਇੱਕਦਮ ਪੱਠਾ ਬੈਠ ਜਾਣਾ ਸੰਭਵ ਹੈ ਕੁੜੀ ਪਿਆਰ ਤਾਂ ਮੁੰਡੇ ਨੂੰ ਕਰਦੀ ਸੀ ਨਾਲ ਇੰਨਾ ਕੁਝ ਉਹਨੂੰ ਆਪਣੇ ਹੱਥੀ ਲਿਖੀ ਬੈਠੀ ਸੀ ਸੋ ਕੁੜੀ ਦਾ ਬਾਪ ਤੇ ਥਾਣੇਦਾਰ ਹਰ ਤਰੀਕ ਉਤੇ ਕੁੜੀ ਦੀ ਗੈਰ ਹਾਜ਼ਰੀ ਲਈ ਕੋਈ ਬਹਾਨਾ ਘੜ ਲਿਆਉਣ ਤੇ ਜਦੋਂ ਮੈਂ ਮਜਬੂਰ ਹੋ ਕੇ ਕਿਹਾ ਕਿ ਜੇ ਐਤਕੀ ਕੁੜੀ ਪੇਸ਼ ਨਾ ਹੋਈ ਤਾਂ ਮੈਂ ਤੁਹਾਡੀ ਸ਼ਹਾਦਤ ਬੰਦ ਕਰ ਦੇਵਾਂਗਾ ਤਾਂ ਉਹਨੂੰ ਲਿਆਉਣਾ ਹੀ ਪਿਆ ਕੁੜੀ ਨੇ ਇੱਕ ਚਿੱਠੀ 'ਚ ਲਿਖਿਆ ਸੀ ਜ਼ਮਾਨਾ ਹਮੇਸ਼ਾ ਹੀ ਪਿਆਰ ਦਾ ਦੁਸ਼ਮਣ ਰਿਹਾ ਹੈ ਉਨੀ ਚਾਹੁੰਦਾ ਕਿ ਉਹ ਕਿਤੇ ਵੀ ਵਧੇ ਫੁੱਲੇ ਪਰ ਪਿਆਰ ਅਮਰ ਹੈ ਤੁਸੀਂ ਕਬਰਾਈਓ ਨਾ ਕੋਈ ਤਾਕਤ ਸਾਡੇ ਪਿਆਰ ਦਾ ਵਾਲ ਵੰਗਾ ਨਹੀਂ ਕਰ ਸਕਦੀ ਤੇ ਆਪਣੇ ਕਥਨ ਉੱਤੇ ਜ਼ੋਰ ਦੇਣ ਲਈ ਪਿਆਰ ਅਮਰ ਹੈ ਦੇ ਸ਼ਬਦ ਉਹਨੇ ਬਾਕੀ ਸ਼ਬਦਾਂ ਨਾਲੋਂ ਤਿੰਨ ਗੁਣੇ ਮੋٹے ਕਰਕੇ ਲਿਖੇ ਸਨ ਜਦੋਂ ਮੁਕਦਮਾ ਪੇਸ਼ ਹੋਇਆ ਮੇਰੀ ਕਚੈਰੀ ਤਮਾਸ਼ੀਬੀਨਾ ਨਾਲ ਭਰ ਗਈ ਸਭ ਲੋਕ ਇਹ ਜਾਣਨ ਲਈ ਬੇਚੈਨ ਸਨ ਕਿ ਪਿਆਰ ਦੀ ਅਮਰਤਾ ਦੀ ਸੌ ਵਾਲੀ ਕੁੜੀ ਅੱਜ ਪ੍ਰੇਮੀ ਦਾ ਸਾਥ ਦੇएगी ਕਿ ਪਤੀ ਦਾ ਜਿਹੜਾ ਵਿੱਚ ਕੁੜੀ ਨੂੰ ਉਹਦੀਆਂ ਚਿੱਠੀਆਂ ਦਿਖਾਈਆਂ ਗਈਆਂ ਉਹਨੇ ਮੰਨ ਲਿਆ ਕਿ ਇਹ ਮੈਂ ਲਿਖੀਆਂ ਸੀ ਉਸ ਤੋਂ ਪੁੱਛਿਆ ਗਿਆ ਕਿ ਜਿਸ ਚਿੱਠੀ ਦਾ ਭਾਗ ਉਹ ਤੋਂ ਉਹ ਤੈਂ ਲਿਖਿਆ ਸੀ ਉਹ ਕਹਿੰਦੀ ਹਾਂ ਅਗਲਾ ਸਵਾਲ ਹੈ ਤੇ ਆਪ ਵੀ ਤੇ ਲੜਕੇ ਨੂੰ ਕਿਹਾ ਸੀ ਕਿ ਤੂੰ ਤੂੰ 13 ਤਰੀਕ ਨੂੰ ਮੇਰੇ ਘਰ ਆ ਕੇ ਮੈਨੂੰ ਮਿਲੀ ਉਹ ਕਹਿੰਦੀ ਇਸ ਭਾਵ ਦੇ ਸ਼ਬਦ ਤਾਂ ਮੇਰੇ ਹੱਥ ਦੇ ਲਿਖੇ ਹੋਏ ਹਨ ਪਰ ਮੈਂ ਇਹਨੂੰ ਇਹ ਨਹੀਂ ਸੀ ਕਿਹਾ ਕਿ ਇਹ ਮੈਨੂੰ ਉਸ ਤਰੀਕ ਨੂੰ ਮਿਲਣਾ ਹੈ ਉਹਦੇ ਬਿਆਨ ਦਾ ਅੰਤਰ ਵਿਰੋਧ ਕਿਸੇ ਤਰ੍ਹਾਂ ਛੁਪਾਇਆ ਨਹੀਂ ਸੀ ਛੁਪਦਾ ਉਹ ਬਾਪ ਦੀ ਕੁੱਟ ਮਾਰ ਤੋਂ ਵੀ ਡਰਦੀ ਸੀ ਤੇ ਆਪਣੇ ਪ੍ਰੇਮੀ ਨੂੰ ਵੀ ਦਗਾ ਨਹੀਂ ਸੀ ਦੇਣਾ ਚਾਹੁੰਦੀ ਪਰ ਇਹ ਹਕੀਕਤ ਸੀ ਕਿ ਮੁੰਡਾ ਬਗਾਨੇ ਘਰ ਗਿਆ ਜਿੱਥੇ ਉਹਦੇ ਲਈ ਜਾਣ ਦੀ ਮਨਾਹੀ ਸੀ ਤੇ ਉਹ ਵੀ ਲੜਨ ਲਈ ਤਿਆਰ ਹੋ ਗਏ। ਉਹਦਾ ਵਿਆਹ ਦਾ ਮਹਾਨਾ ਬਕਵਾਸ ਸੀ। ਮੈਂ ਮੁੰਡੇ ਨੂੰ 3 ਮਹੀਨੇ ਦੀ ਕੈਦ ਕਰ ਦਿੱਤੀ। ਦੋਸ਼ੀ ਨੇ ਸੈਸ਼ਨ ਜੱਜ ਕੋਲ ਅਪੀਲ ਕੀਤੀ। ਉਹਨੇ ਮੁੰਡੇ ਨੂੰ ਅਪਰਾਧੀ ਤਾਂ ਮੰਨਿਆ ਪਰ ਜਿੰਨੀ ਕਿ ਕੈਦ ਉਹ ਕੱਟ ਚੁੱਕਾ ਸੀ ਓਨੀ ਕਾਫੀ ਸਮਝ ਕੇ ਉਹਨੂੰ ਰਿਹਾ ਕਰ ਦਿੱਤਾ ਗੱਲ ਮੁੱਕ ਗਈ। ਇੱਕ ਦਿਨ ਮੈਂ ਆਪਣੇ ਰਿਟਾਇਰਿੰਗ ਰੂਮ 'ਚ ਬੈਠਾ ਇੱਕ ਫੈਸਲਾ ਲਿਖਵਾ ਰਿਹਾ ਸੀ ਕਿ ਸਰਦਾਰ ਉਹਨਾਂ ਦੀ ਸਲਿੱਪ ਆਈ। ਮੈਂ ਮਿਲਣਾ ਚਾਹਾਂ। ਮੈਂ ਉਹਨਾਂ ਨੂੰ ਅੰਦਰ ਸੱਦ ਲਿਆ ਉਹ ਬੋਲੇ ਤੁਸੀਂ ਮੈਨੂੰ ਤੇ ਮੇਰੇ ਖਾਨਦਾਨ ਨੂੰ ਜਾਣਦੇ ਹੋ ਹਾਂ ਵੀ ਮੇਰੇ ਮਿੰਤਾਂ ਕਰਨ ਦੇ ਬਾਵਜੂਦ ਮੇਰੇ ਬੱਚੇ ਨੂੰ ਕੈਦ ਕਰ ਦਿੱਤੇ ਜੇ ਉਦੋਂ ਕੋਈ ਰਿਆਇਤ ਨਹੀਂ ਕੀਤੀ ਤਾਂ ਹੁਣ ਇੱਕ ਮਿਹਰਬਾਨੀ ਕਰ ਦਿਓ ਮੈਂ ਕਿਹਾ ਦੱਸੋ ਉਹ ਕਹਿੰਦੇ ਮੁੰਡਾ ਤੇ ਕੁੜੀ ਸਿਵਲ ਮੈਰਿਜ ਕਰਵਾਉਣ ਲਈ ਡੀਸੀ ਦੇ ਦਫ਼ਤਰ ਅੱਗੇ ਬੈਠੇ ਹਨ ਉਹਨਾਂ ਨੂੰ ਸਮਝਾ-부ਝਾ ਕੇ ਇਸ ਹਰਕਤ ਤੋਂ ਹਟਾਓ ਮੈਂ ਕਿਹਾ ਸਰਦਾਰ ਜੀ ਇਹੋ ਤਾਂ ਮੈਂ ਚਾਹੁੰਦਾ ਸੀ ਕੁੜੀ ਦੀ ਇੰਨੀ ਬਦਨਾਮੀ ਕਰਵਾਉਣ ਤੋਂ ਬਾਅਦ ਉਹਨੂੰ ਤੱਕਾ ਨਹੀਂ ਸੀ ਦੇਣਾ ਚਾਹੀਦਾ ਹੁਣ ਜੇ ਉਹ ਸਦਾ ਲਈ ਕੋਹਣ ਲੱਗੇ ਹੈ ਤੇ ਮੇਰਾ ਆਸ਼ੀਰਵਾਦ ਉਹਨਾਂ ਦੇ ਨਾਲ ਹੈ ਉਦੋਂ ਕੁੜੀ ਦੀ ਉਹ ਚਿੱਠੀ ਯਾਦ ਆਈ ਜਿਸ 'ਚ ਲਿਖਿਆ ਸੀ ਪਿਆਰ ਅਮਰ ਹੈ ਉਹਨੇ ਸੱਚਮੁੱਚ ਪਿਆਰ ਦੀ लाज ਰੱਖੀ ਤੇ ਵਿਖਾਈ ਹਾਲਾਂਕਿ ਮੁੰਡਾ ਉਹਦੇ ਮੁਕਾਬਲੇ 'ਚ ਕੁਝ ਵੀ ਨਹੀਂ ਸੀ ਅਕਲ 'ਚ ਨਾ ਸ਼ਕਲ 'ਚ ਪਰ ਕੁੜੀ ਦਾ ਤਾਂ ਉਈਓ ਨਾਤ ਸੀ ਉਈਓ ਸੁਆਮੀ ਕਈ ਮਹੀਨਿਆਂ ਬਾਅਦ ਕਿਸੇ ਨੇ ਦੱਸਿਆ ਸਰਦਾਰ ਹੋਣੀ ਤੇਰੀ ਬੜੀ ਤਾਰੀਫ਼ ਕਰਦੇ ਸਨ ਮੈਂ ਹੈਰਾਨ ਹੋ ਕੇ ਪੁੱਛਿਆ ਕਿਉਂ ਉਹ ਕਹਿੰਦੇ ਸਨ ਮੈਂ ਇਨੀਆਂ ਸਿਫਾਰਸ਼ਾਂ ਪਹੁੰਚਾਈਆਂ ਪਰ ਜੋਸ਼ੀ ਨੇ ਇੱਕ ਨਾ ਮੰਨੀ ਮੈਂ ਸੋਚਿਆ ਫੇਰ ਤਾਂ ਉਹ ਧੰਨ ਹਨ ਅੱਗੇ ਤਾਂ ਕੋਈ ਇਸ ਤਰ੍ਹਾਂ ਦੀ ਵਿਡਿਆਈ ਕਰਦਾ ਨਹੀਂ ਸੁਣਿਆ ਧੰਨਵਾਦ